ਜਿੰਨੀ ਦੇਰ ਉੱਧਰ ਸੀਗਾ ਉਹਦਾ ਸਾਡਾ ਮਨ ਬਸ ਸਮਝੋ ਵੀ ਸਾਨੂੰ ਤਾਂ ਰੋਟੀ ਵੀ ਸਵਾਦ ਨਹੀਂ ਲੱਗਦੀ ਹੁੰਦੀ ਸੀਗੀ। ਬੜੀ ਮੁਸ਼ਕਲਾਂ ਇੱਥੇ ਸਾਡੇ ਕੋਲ ਪਹੁੰਚਿਆ ਵਾ ਸਾਡਾ ਮਨ, ਅੱਜ ਹੁਣ ਥੋੜ੍ਹੀ ਜਿਹੀ ਜਾ ਕੇ ਤਸੱਲੀ ਹੋਈ ਹੈ ਮਨ ਨੂੰ ਵੀ ਬੇਟਾ ਘਰੇ ਆ ਗਿਆ ਵਾ। ਹਾਂਜੀ, ਜਸ਼ਨ ਯੂਕਰੇਨ ਤੋਂ ਵਾਪਸ ਆਇਆ, ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡਾ ਬੇਟਾ ਜਿਹੜਾ ਹੈਗਾ ਅੱਜ ਘਰ ਪਹੁੰਚ ਗਿਆ। ਕੈਪੀਟਲ ਸਿਟੀ ਹੈ ਜਿਵੇਂ ਕੀ ਵਾ, ਉੱਥੇ ਸਿਚੁਏਸ਼ਨ ਕਾਫੀ ਪੈਨਿਕ ਹੋਈ ਵੀ ਆ ਉੱਥੇ, ਕਿਉਂਕਿ ਬੌਂਬਿੰਗ ਹੋ ਰਹੀ ਹੈ, ਫਾਇਰਿੰਗ ਹੋ ਰਹੀ ਹੈ, ਅਤੇ ਉੱਥੇ ਜਿਹੜੇ ਸਟੂਡੈਂਟ ਸਟੱਕ ਕੀਤੇ ਹੋਏ ਨੇ ਉਹ ਕਾਫੀ ਡਰੇ ਹੋਏ ਨੇ। ਸਾਡੀ ਸਿਟੀ ਵੱਲ ਹਜੇ ਸਿਚੁਏਸ਼ਨ ਥੋੜ੍ਹੀ ਜਿਹੀ ਘੱਟ ਹੋਈ ਸੀ ਕਿਉਂਕਿ ਉਹ ਵੈਸਟ ਸਾਈਡ 'ਤੇ ਆ ਅਤੇ ਉੱਥੇ ਇੰਨਾ ਵਾਰ ਜ਼ੋਨ ਦੇ ਵਿੱਚ ਨਹੀਂ ਆ ਰਿਹਾ ਹੈਗਾ, ਅਤੇ ਇਸ ਕਰਕੇ ਉੱਥੇ ਥੋੜ੍ਹੇ ਸੇਫ ਫੀਲ ਕਰ ਰਹੇ ਸੀਗੇ, ਬਟ ਡਰ ਤਾਂ ਸੀਗਾ ਹੀ ਇੱਕ, ਅਤੇ ਬਟ ਅੱਜ ਇਵੈਕੂਏਟ ਹੋ ਕੇ ਆਏ ਤਾਂ ਥੋੜ੍ਹਾ ਰਿਲੈਕਸ ਫੀਲ ਕਰ ਰਹੇ ਹਾਂ। ਇਹਨਾਂ ਨੂੰ ਇੱਥੇ ਐਡਜਸਟ ਕੀਤਾ ਜਾਂਦਾ, ਇਹਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਸੀ? ਅੱਜ ਜਦੋਂ ਮੈਂ ਬਾਹਰ ਕੁੰਗੜੇ ਹੋਏ ਉਹਨਾਂ ਬੱਚਿਆਂ ਨੂੰ ਦੇਖਦਾ ਕਿ ਉਹਨਾਂ ਮੇਰੇ ਮਨ ਭਰਦਾ ਆਪਦਾ ਹੀ ਕਿ ਉਹਨਾਂ ਬੱਚਿਆਂ ਦਾ ਕੀ ਹਾਲ ਹੈ ਜਿਹੜੇ ਬਾਹਰ ਖੜ੍ਹੇ ਹੈ -0 ਤੋਂ ਉੱਥੋਂ ਦਾ ਵਾਤਾਵਰਨ ਹੈ। 20 ਤਰੀਕ ਦੇ ਵਿੱਚ ਕਿਸੇ ਵੱਡੇ ਪੋਲੀਟੀਸ਼ੀਅਨ ਦਾ ਬੱਚਾ ਜਿਹੜਾ ਹੈ ਉਹ ਯੂਕਰੇਨ ਦੇ ਵਿੱਚ ਨਹੀਂ ਫਸਿਆ ਹੋਇਆ, ਕਿਸੇ ਵੱਡੇ ਬਿਊਰੋਕ੍ਰੇਟਸ ਦਾ ਬੱਚਾ ਜਿਹੜਾ ਉਹ ਨਹੀਂ ਉਸ ਉੱਥੇ ਫਸਿਆ ਹੋਇਆ। ਔਰ ਹਿੰਦੁਸਤਾਨ ਦੇ ਵਿੱਚ ਮੈਡੀਕਲ ਦੀ ਜਿਹੜੀ ਪੜ੍ਹਾਈ ਆ ਸਾਡੇ ਬਿਊਰੋਕ੍ਰੇਸੀ ਨੇ ਔਰ ਸਾਡੇ ਰਾਜਨੀਤਿਕ ਨੇਤਾਵਾਂ ਨੇ ਇੰਨੀ ਮਹਿੰਗੀ ਕਰਤੀ ਕਿ ਸਾਡੇ ਅੱਗਾਂ ਜਿਹੜੀਆਂ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਫੀਸਾਂ ਅਸੀਂ ਮੱਧ ਵਰਗੀ ਪਰਿਵਾਰ ਆ ਉਹ ਨਹੀਂ ਭਰ ਸਕਦੇ, ਅਤੇ ਸਾਡੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੁੰਦਾ। ਅੱਜ ਉਹਨਾਂ ਦੀ ਜਿਹੜੀ ਜਾਨ ਆ ਉਹ ਤਲੀ ਦੇ ਉੱਤੇ ਆਈ ਵੀ ਆ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਇਸ ਗੱਲ ਦੀ, ਕਿਉਂਕਿ ਹਮੇਸ਼ਾ ਹੀ ਮਤਲਬ ਇਸ ਗੱਲ 'ਤੇ ਮਨ 'ਤੇ ਬੋਝ ਪਿਆ ਰਹਿੰਦਾ ਸੀ ਵੀ ਕਦੋਂ ਆਪਣੇ ਦੋਹਾਂ ਮੇਰਾ ਹੈਗਾ ਘਰ ਆਊਗਾ। ਉਹ ਆ ਗਿਆ, ਦੇਖ ਲਿਆ, ਅਤੇ ਨਾਲ ਹੀ ਮੈਂ ਇੱਕ ਅਪੀਲ ਕਰਨਾ ਚਾਹੂੰਗਾ ਕਿ ਬਾਹਰ ਜਿਹੜੇ ਬੱਚੇ ਬੈਠੇ ਹੈ ਉਹਨਾਂ ਨੂੰ -0 ਦੇ ਉੱਥੇ ਕਰੀਬ ਦੂਜੇ ਨਾਲ ਵਾਤਾਵਰਨ ਹੈ, ਉਹਨਾਂ ਦੇ ਠੰਡ ਵਿੱਚ ਠਰੂ ਠਰੂ ਉਹ ਕਰ ਰਹੇ ਹੈ। ਉੱਥੋਂ ਦੀਆਂ ਵੈਸੀਆਂ ਵੀ ਹਿੰਦੁਸਤਾਨ ਦੀ ਜਿਹੜੀ ਹੈਗੀ ਹੈ ਉਹ ਸੋਚ ਨਹੀਂ ਰਹੀ ਵੀ ਅਸੀਂ ਕਿਹੜੇ ਪਾਸੇ ਵੱਲ ਨੂੰ ਗੱਲ ਲੈ ਕੇ ਜਾ ਰਹੇ ਹਾਂ। ਜਿਹੜੀ ਮੇਰੇ ਕਹਿੰਦਾ ਮਤਲਬ ਇਹ ਹੈ ਬਈ ਜੋ ਮਤਲਬ ਕਾਰਪੋਰੇਟ ਘਰਾਣਿਆਂ ਦੇ ਆ ਉਹਨਾਂ ਦੇ ਬੱਚਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਬਾਕੀ ਜਿਹੜੇ ਗਰੀਬ ਬੱਚੇ ਹੈਗੇ ਆ ਉਹਨਾਂ ਨੂੰ ਮਜਬੂਰ ਹੋ ਕੇ ਬਾਹਰ ਆਪਣੇ ਜਾ ਕੇ ਪੜ੍ਹਨਾ ਜਾ ਰਿਹਾ ਹੈ, ਜਿਸ ਤਰ੍ਹਾਂ ਮੇਰੇ ਦੋਹਤੇ ਨੂੰ ਉੱਥੇ ਜਾਣ ਕੇ ਆਪਣੇ ਪੜ੍ਹਨਾ ਪਿਆ। ਨਹੀਂ ਜੇਕਰ ਇੱਥੇ ਹੀ ਇਹਨਾਂ ਦੀ ਐਸੇ ਹੀ ਮਤਲਬ ਦੂਜੇ ਨਾਲ ਦੇ ਹਾਲਾਤ ਦੇ ਤੌਰ 'ਤੇ ਇਹਨਾਂ ਨੂੰ ਦੇਖ ਕੇ ਕਿ ਇਹਨਾਂ ਨੇ ਇੰਨੇ ਨੰਬਰ ਲਏ ਹੈ ਉਹ ਨੰਬਰਾਂ ਦੇ ਹਿਸਾਬ ਦੇ ਨਾਲ ਜੇਕਰ ਇਹਨਾਂ ਨੂੰ ਇੱਥੇ ਐਡਜਸਟ ਕੀਤਾ ਜਾਂਦਾ ਇਹਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਸੀ? ਅੱਜ ਜਦੋਂ ਮੈਂ ਬਾਹਰ ਕੁੰਗੜੇ ਹੋਏ ਉਹਨਾਂ ਬੱਚਿਆਂ ਨੂੰ ਦੇਖਦਾ ਕਿ ਉਹਨਾਂ ਮੇਰੇ ਮਨ ਭਰਦਾ ਆਪਦਾ ਹੀ ਕਿ ਉਹਨਾਂ ਬੱਚਿਆਂ ਦਾ ਕੀ ਹਾਲ ਹੈ ਜਿਹੜੇ ਬਾਹਰ ਖੜ੍ਹੇ ਹੈ -0 ਤੋਂ ਉੱਥੋਂ ਦਾ ਵਾਤਾਵਰਨ ਹੈ, ਉੱਥੋਂ ਦੇ ਦੂਜੇ ਨਾਲ ਕਿਤੇ ਲੋਕ ਜਿਹੜੇ ਹੈਗੇ ਠਰੂ ਠਰੂ ਉਹ ਬੱਚਿਆਂ ਦਾ ਕੀ ਹਾਲ ਹੋਊਗਾ? ਮੇਰੇ ਕਹਿੰਦਾ ਮਤਲਬ ਇਹ ਹੈ ਵੀ ਜ਼ਰੂਰ ਸਰਕਾਰ ਨੂੰ ਜਿਹੜਾ ਹੈਗਾ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਬੱਚੇ ਬਾਹਰ ਕਿਉਂ ਜਾਂਦੇ ਹੈ, ਉਹਨੂੰ ਬਾਹਰ ਦੇਈ ਆਪਣੀ ਜਾਣ ਦੀ ਲੋੜ ਨਾ ਪਵੇ, ਇੱਥੇ ਹੀ ਉਹ ਮਤਲਬ ਘੱਟੋ ਘੱਟ ਪੜ੍ਹ ਸਕਣ। ਇੰਨੀ ਗੱਲ ਮੈਂ ਕਹਿੰਦਾ ਹੋਇਆ ਖਿਮਾ ਮੰਗਦਾ। ਦੇਖੋ ਜੀ, ਬੱਚਾ ਘਰ ਆਇਆ ਵਾ ਅਤੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜਿੰਨੀ ਦੇਰ ਉੱਧਰ ਸੀਗਾ ਉਹਦਾ ਸਾਡਾ ਮਨ ਬਸ ਸਮਝੋ ਵੀ ਸਾਨੂੰ ਤਾਂ ਰੋਟੀ ਵੀ ਸਵਾਦ ਨਹੀਂ ਲੱਗਦੀ ਹੁੰਦੀ ਸੀਗੀ। ਬੜੀ ਮੁਸ਼ਕਲਾਂ ਇੱਥੇ ਸਾਡੇ ਕੋਲ ਪਹੁੰਚਿਆ ਵਾ ਸਾਡਾ ਮਨ, ਅੱਜ ਹੁਣ ਥੋੜ੍ਹੀ ਜਿਹੀ ਜਾ ਕੇ ਤਸੱਲੀ ਹੋਈ ਹੈ ਮਨ ਨੂੰ ਵੀ ਬੇਟਾ ਘਰ ਆ ਗਿਆ ਵਾ। ਬਾਕੀ ਤਾਂ ਅਸੀਂ ਭਾਰਤ ਸਰਕਾਰ ਨੂੰ ਵਿਦਿਆਰਥੀ ਜਿਹੜੇ ਫਸੇ ਹੋਏ ਆ ਉਹੀ ਮੈਂ ਕਹਿਣ ਲੱਗਾ ਸੀਗਾ ਵੀ ਇੰਡੀਅਨ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਉੱਧਰ ਬੱਚੇ ਫਸੇ ਹੋਏ ਆ ਨਾ ਉਹਨਾਂ ਦਾ ਬਹੁਤ ਬੁਰਾ ਹਾਲ ਆ, ਉਹਨਾਂ ਨੂੰ ਵੀ ਕੱਢਿਆ ਜਾਵੇ ਜਲਦੀ ਤੋਂ ਜਲਦੀ, ਜਿੰਨਾ ਵੀ ਪ੍ਰੋਸੀਜਰ ਤੇਜ਼ ਹੋ ਸਕਦਾ ਤੇਜ਼ ਕੀਤਾ ਜਾਵੇ ਬੱਚਿਆਂ ਨੂੰ ਕੱਢਣ ਦਾ। ਜਿੰਨੀ ਜਲਦੀ ਬੱਚੇ ਇੱਧਰ ਆ ਜਾਣ ਉਨਾ ਹੀ ਚੰਗਾ ਵਾ। ਉਹ ਤਾਂ ਬਹੁਤ ਕਈ ਬੱਚੇ ਤਾਂ ਬਾਹਲੀ ਬੁਰੀ ਹਾਲਤ ਆ, ਜਿਹੜੇ ਕੀ ਵਾਲੀ ਸਾਈਡ 'ਤੇ ਫਸੇ ਹੋਏ ਨਾ ਉਹਨਾਂ ਦਾ ਤਾਂ ਬਾਹਲਾ ਬੁਰਾ ਹਾਲ ਆ, ਕੋਈ ਬੰਕਰ 'ਚ ਆ ਕੋਈ ਕਿਤੇ, ਉਹਨਾਂ ਨੂੰ ਜਲਦੀ ਕੱਢਿਆ ਜਾਵੇ। ਅਸਲ ਦੇ ਵਿੱਚ ਬੇਸ਼ੱਕ ਸਾਨੂੰ ਅੱਜ ਖੁਸ਼ੀ ਬਹੁਤ ਜ਼ਿਆਦਾ ਹੋਈ ਆ, ਪਰ ਇਸ ਇਸ਼ੂ ਦੇ ਉੱਤੇ ਨਾ ਤੁਹਾਡੇ ਚੈਨਲਸ ਦੇ ਮਾਧਿਅਮ ਦੇ ਰਾਹੀਂ ਮੈਂ ਇੱਕ ਗੱਲ ਕਹਿਣੀ ਜ਼ਰੂਰ ਚਾਹੁੰਦਾ ਕਿ ਅੱਜ ਜਿਹੜੇ ਵੀ ਬੱਚੇ 20,000 ਬੱਚਾ ਜਿਹੜਾ ਹੈ ਉਹ ਹਿੰਦੁਸਤਾਨ ਦਾ ਯੂਕਰੇਨ ਦੇ ਵਿੱਚ ਫਸਿਆ ਪਿਆ ਔਰ ਸਾਰੇ ਮਾਂ ਬਾਪ ਦੀ ਜਾਨ ਆ ਜਿਹੜੀ ਉਹ ਮੁੱਠੀ ਦੇ ਵਿੱਚ ਆਈ ਵੀ ਆ, ਔਰ ਇੱਕ ਸੋਚਣ ਵਾਲਾ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਆ ਕਿ ਅੱਜ ਹਿੰਦੁਸਤਾਨ ਦੇ ਵਿੱਚ ਸਿਹਤ ਸੇਵਾਵਾਂ ਜਿਹੜੀਆਂ ਉਹ ਸਾਡੇ ਆਮ ਨਾਗਰਿਕਾਂ ਨੂੰ ਮਿਲ ਨਹੀਂ ਰਹੀਆਂ, ਅਤੇ ਦੂਸਰੇ ਪਾਸੇ ਸਾਡੇ ਜਿਹੜੇ ਬੱਚੇ ਆ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਆ ਜਿਹੜੇ ਉਹ ਦੂਸਰੇ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੇ ਲਈ ਕਿਉਂ ਮਜਬੂਰ ਹੁੰਦੇ ਆ? ਸੋਚਣ ਦੀ ਗੱਲ ਅੱਜ ਹਿੰਦੁਸਤਾਨ ਦੀਆਂ ਸਰਕਾਰਾਂ ਦੇ ਲਈ ਇਹ ਆ, ਔਰ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਆ ਕਿ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਹੀ ਜਿਹੜੇ ਹੈਗੇ ਆ ਉਹ ਬਾਹਰ ਯੂਕਰੇਨ ਵਰਗੇ ਮੁਲਕਾਂ ਦੇ ਵਿੱਚ ਫਸੇ ਹੋਏ ਆ। ਤੁਸੀਂ ਦੱਸੋ ਵੀ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੱਡੇ ਪੋਲੀਟੀਸ਼ੀਅਨ ਦਾ ਬੱਚਾ ਜਿਹੜਾ ਹੈ ਉਹ ਯੂਕਰੇਨ ਦੇ ਵਿੱਚ ਨਹੀਂ ਫਸਿਆ ਹੋਇਆ, ਕਿਸੇ ਵੱਡੇ ਬਿਊਰੋਕ੍ਰੇਟਸ ਦਾ ਬੱਚਾ ਜਿਹੜਾ ਉਹ ਨਹੀਂ ਉਸ ਉੱਥੇ ਫਸਿਆ ਹੋਇਆ, ਔਰ ਹਿੰਦੁਸਤਾਨ ਦੇ ਵਿੱਚ ਮੈਡੀਕਲ ਦੀ ਜਿਹੜੀ ਪੜ੍ਹਾਈ ਆ ਸਾਡੇ ਬਿਊਰੋਕ੍ਰੇਸੀ ਨੇ ਔਰ ਸਾਡੇ ਰਾਜਨੀਤਿਕ ਨੇਤਾਵਾਂ ਨੇ ਇੰਨੀ ਮਹਿੰਗੀ ਕਰਤੀ ਕਿ ਸਾਡੇ ਅੱਗਾਂ ਜਿਹੜੀਆਂ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਫੀਸਾਂ ਅਸੀਂ ਮੱਧ ਵਰਗੀ ਪਰਿਵਾਰ ਆ ਉਹ ਨਹੀਂ ਭਰ ਸਕਦੇ, ਅਤੇ ਸਾਡੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੁੰਦਾ। ਅੱਜ ਉਹਨਾਂ ਦੀ ਜਿਹੜੀ ਜਾਨ ਆ
वो तली दे उत्ते आई भी है उन्होंने माँ बाप की मध्य वर्गी परिवारों ने दूरा संताप हंडा रहे साड़ी बेनती है सरकार को कि जिते उन्होंने ये फर्ज बनता कि इन्होंने बच्चों छेती तो छेती जो है समय समय दरकार बहुत वादे दावे कर दी पर वफा नहीं हो पाते यही कारण है कि देखो जी ये जी जागरूकता है एक मीडिया का भी बड़ा वाला रोल आ और अज गल जी इस प्लेटफार्म के उत्ते एक बहुत वीड्डी चर्चा का विषय बनना चाहिए कि बच्चे साढ़े जे बहर गए हुए जिते उन्होंने लियाने के पहलकदमी चाहिए आ उसके नाल नाल जिहड़ियां उह सेवावां जिहड़ियां खास तौर दे उत्ते विद्यक जिहड़ियां सेवावां है जे साडे बच्चों नूं बाहरले मुल्कां दे विच जाण दे लई क्यों मजबूर होना पैंदा उहदा कारण ही है कारपोरेट घराणियां ने जिहड़े वड्डे वड्डे मैडिकल कॉलेज आ उह आपदे कब्जे च लै लिया जिथे करोड़ां करोड़ां रुपये असीं मध्य वर्गी परिवार नहीं खर्च सकदे गे सो साडे बच्चों नूं जाण दे लई मजबूर होना पैंदा और उत्थे अग दे जिहड़े हालात आ जिहड़े जंग वर्गे हालातां दे विच साडे बच्चों नूं उहनां नूं फेस करना पैंदा सो इह तुहाडे माध्यम दे राहीं मेरी बेनती है सरकारां नूं कि अपने बच्चों नूं आपां साडे साडे जिहड़ा भविखां नूं आपां हिंदुस्तान दे विच ही लै के आईए जिथे उह साडियां जिहड़ियां सेवावां जिहड़ियां सेहत सेवावां जिहड़ियां दे के साडे मुल्क दे लई एक भलाई का काम करनी उत्थे साडे मध्य वर्गी परिवार आ जिहड़े उहनां दे लई वी भलाई का काम होगा। हाँ जी जशन यूक्रेन तो वापस आया सानू इस गल की बहुत ज़्यादा खुशी है भी साडा बेटा जिहड़ा हैगा अज घर पहुँच गया पर मेरी भारत सरकार नू इह अपील है कि जो बच्चे उत्थे भी बैठे हैगे आ उहनां नू जल्दी तो जल्दी जो है बाहर कढ़िया जाए ताँ कि वह बच्चे भी सेफली अपने घर जिहड़े हैगे पहुँच सकन। असीं भी इंडिया एम्बैसी का ते इंडियन गवर्नमेंट का थैंक यू करते हैं भी साडा बच्चा जिहड़ा हैगा सेफली घर आ गया पर जिहड़े बच्चे उत्थे बैठे आ उहनां दा भी जल्दी तो जल्दी जिहड़ा हैगा उहनां नू सुरक्षित इत्थे घरां दे विच पहुँचाया जाना चाहिए। सर यूक्रेन के जी सा सिटी आ वो तो हजे तक ठीक चल रही है बट जे कैपिटल सिटी है जिमें कीव आ उत्थे सिचुएशन काफ़ी पैनिक हुई भी है उत्थे क्योंकि बॉम्बिंग हो रही है फायरिंग हो रही है तो उत्थे जे स्टूडेंट स्टक किए हुए काफ़ी डरे हुए हैं तो बाकी भी थोड़ा जा कंट्री के डर का माहौल तो है क्योंकि सर सारे उत्थे यूक्रेन जे लोकल्स ने भी काफ़ी डरे हुए हैं तो बाकी साडी सिटी वाले सिचुएशन थोड़ी जी घट्ट हुई क्योंकि वो वेस्ट साइड से आते उत्थे इन्ना वॉर जोन के नहीं आ रहा है तो इस करके उत्थे थोड़े सेफ फील कर रहे थे बट डर तो सीगा ही एक तो बट अज वैकुएट होकर आए तो थोड़ा रिलैक्स फील कर रहे हैं। होर भी तुहाडे नाल स्टूडेंट जिहड़े इस तरह के उत्थे फसे हुए है जिहड़े सर फसे हुए आ की वॉर जोन एरिया दे कीव खार कीव सर उन्हां वास्ते काफ़ी डिफिकल्ट सिचुएशन आ क्योंकि वह मैट्रो स्टेशन के बंकरस के नीचे लोग के वह बैठे हुए हैं तो उन्हां वास्ते सिचुएशन काफ़ी डिफिकल्ट हुई भी है क्योंकि उत्थे फूड की प्रॉब्लम भी आ रही है उन्हां नूं ते उन्होंने होर भी कुछ नहीं साढ़े मेरे क्लासमेट्स काफ़ी उत्तर स्टक किए हुए हैं तो उही दस रहे हैं कि उन्होंने प्रॉब्लम्स आ रही हैं काफ़ी तो इंडियन एम्बैसी में फिर उही कहेंगे कि उन्होंने छेती तो छेती वैकुएट किया जाए वो क्योंकि बिल्कुल भी सेफ नहीं है कि उत्थे तो वॉर कदे भी किस वेले भी किधर भी बच सकती है तो उन्होंने छेती तो छेती वैकुएट किया जाए।